ਲੜਕੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇੱਥੋਂ ਦੇ ਤਿੰਨ ਦੇਸ਼ ਕੈਨੇਡਾ ਅਮਰੀਕਾ ਮੈਕਸੀਕੋ ਨਾਲ ਲੱਗਦੇ ਕਿਊਬੈਕ ਦੇ ਮਿਨਿਸਟਰੀ ਆਫ ਟ੍ਰਾਂਸਪੋਰਟ ਦੇ ਅਧਿਕਾਰੀਆਂ ਵੱਲੋਂ ਬੀਤੇ ਦਿਨੀ ਟਰੱਕਾਂ ਅਤੇ ਪੇਸ਼ੇਵਰ ਵਾਹਨਾਂ ਦੀ ਤਿੰਨ ਦਿਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਕੁਝ ਸਮਾਂ ਪਹਿਲਾਂ ਹੀ ਟਰੱਕਿੰਗ ਅਤੇ ਪੇਸ਼ੇਵਰ ਵਹੀਕਲਾਂ ਰਾਹੀਂ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ ਇਨ੍ਹਾਂ ਦੇਸ਼ਾਂ ਦੇ ਮਿਨਿਸਟਰੀ ਆਫ ਟਰਾਂਸਪੋਰਟਰ ਵਿਭਾਗ ਵੱਲੋਂ ਇਹ ਜਾਣਕਾਰੀ ਅਗਾਊਂ ਹੀ ਸਾਂਝੀ ਕੀਤੀ ਗਈ ਸੀ ਕਿ ਨਾ ਤਰੀਕਾਂ ਤੇ ਪੇਸ਼ੇਵਰ ਵਹੀਕਲਜ਼ ਵਾ ਖਾਸ ਕਰਕੇ ਟਰੱਕਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਏਗੀ ਜਿਸ ਤੇ ਹਰੇਕ ਟਰੱਕਿੰਗ ਕੰਪਨੀ ਵੱਲੋਂ ਜਿੱਥੇ ਆਪੋ ਆਪਣੇ ਵਪਾਰਕ ਵਾਹਨ ਖਾਸ ਕਰਕੇ ਟਰੱਕਾਂ ਦੀ ਜਾਂ ਤਾਂ ਚੰਗੀ ਤਰ੍ਹਾਂ ਮੁਰੰਮਤ ਕਰਕੇ ਹਾਈਵੇਅਸ ਤੇ ਭੇਜਿਆ ਜਾਏ ਤੇ ਜਾਂ ਫਿਰ ਤਿੰਨ ਦਿਨਾਂ ਲਈ ਘਾਟੇ ਦੇ ਸਬਰ ਦਾ ਕੁੱਟ ਪਰਦਿਆਂ ਇਹਨਾਂ ਤਿੰਨ ਦਿਨਾਂ ਦੌਰਾਨ ਆਪਣੇ ਟਰੱਕ ਬੰਦ ਹੀ ਰੱਖੇ ਕਿਉਂਕਿ ਜਿੰਨਾ ਟਰਕਿੰਗ ਕੰਪਨੀਆਂ ਦੇ ਟਰੱਕ ਜਾਂ ਹੋਰ ਕਾਰਗੋ ਵਾਹਨਾਂ ਦੀ ਇਹਨਾਂ ਦਿਨਾਂ ਦੌਰਾਨ ਵਿਸ਼ੇਸ਼ ਚੈਕਿੰਗ ਦੌਰਾਨ ਲੈਵਲ 1 ਇਨਸਪੈਕਸ਼ਨ ਲੈਵਲ 2 ਇਨਸਪੈਕਸ਼ਨ ਜਾਂ ਲੈਵਲ 3 ਇਨਫੈਕਸ਼ਨ ਕਰਦਿਆਂ ਕੋਈ ਵਹੀਕਲਸ ਜਾਂ ਪੇਪਰ ਵਰਕ ਚ ਕੋਈ ਗੜਬੜੀ ਪਾਈ ਗਈ ਤਾਂ ਅਧਿਕਾਰੀਆਂ ਵੱਲੋਂ ਉਕਤ ਕੰਪਨੀ ਦੇ ਡਰਾਈਵਰਾਂ ਅਤੇ ਕੰਪਨੀਆ ਨੂੰ ਭਾਰੀ ਜੁਰਮਾਨੇ ਕੀਤੇ ਗਏ ਜਿਸ ਬਾਰੇ ਮਿਨਿਸਟਰੀ ਆਫ ਟਰਾਂਸਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀਆਂ ਸ਼ਰਤਾਂ ਤੇ ਦੱਸਿਆ ਕਿ ਸੜਕ ਸੁਰੱਖਿਆ ਅਤੇ ਖਾਸ ਕਰਕੇ ਸੜਕਾਂ ਤੇ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੰਬੰਧਿਤ ਵਿਭਾਗਾ ਵੱਲੋਂ ਸਾਲ 'ਚ ਕੁਝ-ਕੁਝ ਮਹੀਨਿਆਂ ਦੇ ਵਕਫੇ ਬਾਅਦ ਵਪਾਰਕ ਵਾਹਨਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਦੋਸ਼ੀ ਪਾਏ ਜਾਣ ਤੇ ਜੁਰਮਾਨੇ ਵੀ ਕੀਤੇ ਜਾਂਦੇ ਨੇ